ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ। ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਸੱਭਿਅਤਾਵਾਂ ਸਾਡੀਆਂ ਜਿਹੜੀਆਂ ਉਹ ਅਲੋਪ ਹੋ ਚੁੱਕੀਆਂ। ਜੇ ਆਪਾਂ ਹਲਾਂ ਪੰਜਾਲੀਆਂ ਦੀ ਗੱਲ ਕਰੀਏ, ਸੱਥਾਂ ਦੀ ਗੱਲ ਕਰੀਏ, ਤਾਂ ਸਾਰੇ ਅਲੋਪ ਹੋ ਚੁੱਕੇ ਨੇ। ਪਰ ਹਾਲੇ ਵੀ ਕੁਝ ਲੋਕ ਅਜਿਹੇ ਨੇ ਜਿਹੜੇ ਆਪਣੇ ਪੁਰਾਤਨ ਵਿਰਸੇ ਨੂੰ ਜਿਨ੍ਹਾਂ ਨੇ ਸੰਭਾਲ ਕੇ ਰੱਖਿਆ ਅਤੇ ਤਿਆਰ ਕਰਦੇ ਨੇ। ਸਾਡੇ ਨਾਲ ਨੇ ਸ਼ਾਂਤੀ ਦੇਵੀ ਜੀ, ਜਿਨ੍ਹਾਂ ਨੇ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲ ਕੇ ਰੱਖਿਆ ਵਾ। ਯਾਨੀ ਕਿ ਜਿਹੜੀ ਛੱਜ ਬੀਬੀਆਂ ਸਾਡੀਆਂ ਪੁਰਾਣੀਆਂ ਜਿਹੜੀਆਂ ਵਾ, ਛੱਜਾਂ ਦੇ ਨਾਲ ਉਹ ਕਣਕ ਨੂੰ, ਝੋਨੇ ਨੂੰ ਸਾਫ਼ ਕਰਦੀਆਂ ਸਨ, ਉਹ ਹਾਲੇ ਤੱਕ ਵੀ ਇੱਕ ਇੱਕ ਤੀਲੀ ਨੂੰ ਜੋੜ ਕੇ ਅਤੇ ਉਹ ਛੱਜ ਤਿਆਰ ਕਰਨੇ ਨੇ। ਆਪਾਂ ਗੱਲਬਾਤ ਕਰਨ ਦਾ ਕਰਾਂਗੇ ਕਿ ਇਹ ਬੀਬੀ ਜੀ ਕਿੰਨਾ ਪੁਰਾਣਾ ਆਪਣਾ ਕੰਮ ਆ। ਬਹੁਤ ਦਾਦਾ ਪੜਦਾਦਾ ਇਹ ਕੰਮਾਂ 'ਚ ਹੀ ਹੋ ਗਿਆ। ਹਾਂ, ਉਮਰ ਦੇ ਤੇ ਹੁਣ ਬੱਚੇ ਜਿਹੜੇ ਆ ਇਹ ਕੰਮ ਨੂੰ ਕਰਦੇ ਆ ਕਿ ਜਾਂ ਤੁਸੀਂ ਇਕੱਲੇ ਹੀ ਕਰਦੇ ਹੋ? ਉਹ ਨਹੀਂ ਕਰਦੇ, ਉਹ ਤਾਂ ਬਾਹਰ ਹੀ ਆ, ਕੋਈ ਦਿਹਾੜੀ ਮਿਲ ਜੇ ਜਾਂ ਕੁਛ ਵੀ ਕੰਮ ਕਰਨ ਦੇ, ਪਰ ਉਹ ਕੰਮ ਆ ਕੰਮ ਨਹੀਂ ਕਰਦੇ। ਜੇ ਗੱਲ ਕੀਤੀ ਜਾਵੇ ਤੇ ਇਹਦੇ ਕਮਾਈ ਤੁਹਾਨੂੰ ਕਿੰਨੀ ਕੁ ਹੋ ਜਾਂਦੀ ਆ ਤੇ ਇਹ ਬਣਾਉਣ ਵਾਸਤੇ ਟਾਈਮ ਕਿੰਨਾ ਲੱਗਦਾ ਵਾ? ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿੱਦਾਂ ਤੁਸੀਂ ਤਿਆਰ ਕਰਦੇ ਹੋ? ਟਾਈਮ ਤਾਂ ਬਥੇਰਾ ਲੱਗ ਜਾਂਦਾ, ਇਹ ਜਿਹੜਾ ਆ ਸਮਾਨ ਆ ਇਹ ਵੀ ਬੜਾ ਮਹਿੰਗਾ ਆਉਂਦਾ, ਤੇ ਇੱਦਾਂ ਕਾ ਇਸ ਕਰਕੇ ਵੀ ਛੱਡ ਦਿੱਤਾ ਲੋਕਾਂ ਨੇ। ਇੱਦਾਂ ਤਿਆਰ ਕਿੱਦਾਂ ਕਰਦੇ ਹੋ ਦੱਸਿਓ? ਤਿਆਰ ਕਰ ਲਈ ਤਾਂ 20-25 ਛੱਜ ਹੋ ਜਾਂਦੇ ਆ ਵੀ, ਇੱਦਾਂ 5-6 ਦਿਨਾਂ 'ਚ। ਬਜ਼ਾਰੋਂ ਤੀਲਾ ਲੈ ਕੇ ਆਈਦੀਆਂ, ਉਹਨਾਂ ਨੂੰ ਫਿਰ ਲਿਆ ਕੇ ਛਾਂਟੀ ਦਾ, ਬਣਾਈ ਦਾ, ਕਰੀ ਦਾ, ਏਦਾਂ ਵਾਢਾ ਪਾਈ ਦਾ, ਏਦਾਂ ਜਿੱਦਾਂ ਪਾਇਆ ਨੀ ਕੱਟੀ ਦੇ, ਬਾਅਦ ਚ ਫਿਰ ਜੋੜੀ ਦਾ ਇੱਕ ਇੱਕ ਤੀਲ ਕਰਕੇ, ਏਦਾਂ ਫਿਰ ਕਿੰਨੇ ਕੁਛ ਕਰਨਾ ਪੈਂਦਾ। ਹੁਣ ਕੀ ਦੱਸੀਆਂ ਤੁਹਾਨੂੰ, ਆਹ ਕਿੱਦਾਂ ਤਿਆਰ ਕੀਤਾ, ਤਿਆਰ ਕੀਤਾ ਤੇ ਫੇਰ ਹੀ ਹੋਇਆ ਆਹ। ਜਿਹੜਾ ਇਹਦੀ ਕਮਾਈ ਕਿੰਨੀ ਤੁਹਾਨੂੰ ਹੋ ਜਾਂਦੀ ਆ ਜੇ ਦਿਹਾੜੀ ਦੀ ਗੱਲ ਕੀਤੀ ਜਾਵੇ? ਕਮਾਈ ਤਾਂ ਜੇ ਬਾਹਰ ਜਾਈਏ, ਹਾਂ ਪੱਲੇ ਦਾ ਹੁੰਦਾ, ਮਹਿੰਗਾਈ ਦੇ ਹਿਸਾਬ। ਇਹ ਕਿੰਨੀ ਕਮਾਈ ਹੋ ਜਾਂਦੀ ਤੇ ਕਿਸ ਤਰੀਕੇ ਨਾਲ ਤਿਆਰ ਕਰਦੇ ਹੋ? ਵੀਰੇ ਇਹਨੂੰ ਤੇ ਪਹਿਲਾਂ ਅਸੀਂ ਜਾ ਕੇ ਬਾਜ਼ਾਰੋਂ ਮੁੱਲ ਲਿਆਉਂਦੇ ਹਾਂ, ਮੁੱਲ ਲਿਆਉਂਦੇ, ਪਹਿਲਾਂ ਰੇਟ ਘੱਟਦੇ ਮਿਲ ਜਾਂਦੇ, ਹੁਣ 2000 ਨੂੰ ਮਿਲਦੀ ਹੈ ਆਹ ਚੀਜ਼, 2000 ਨੂੰ ਇਹ ਲਿਆ ਕੇ ਇਹਨੂੰ ਰੱਖ ਲਈਦਾ ਘਰੇ, ਬਾਅਦ 'ਚ ਲਿਆਉਣ ਦਿੰਦੇ ਆ ਕਾਨੇ, ਕਾਨੇ ਪਹਿਲਾਂ ਚੱਲ ਵੱਢ ਵੁੱਢ ਲਿਆਈਦੇ ਸੀ, ਹੁਣ ਉਹ ਵੀ ਕਾਨੇ ਵਾਲੇ ਪੈਸੇ ਲੈਂਦੇ ਸਾਡੇ ਕੋਲ, ਉੱਥੋਂ ਲਿਆਈਦੀਆਂ ਕਾਨੇ, ਲਿਆ ਕੇ ਉਹਨਾਂ ਨੂੰ ਪਹਿਲਾਂ ਛਿੱਲੀਦਾ, ਛਿੱਲ ਕੇ ਇੱਦਾਂ ਦੇ ਬਣਾਈਦੇ, ਇੱਦਾਂ ਦੇ ਬਣਾ ਕੇ ਫਿਰ ਇਹ ਰੱਖ ਲਿਆ ਸਮਾਨ, ਬਾਅਦ 'ਚ ਇਹਨੂੰ ਬਾਂਸ ਲਿਆਈਦਾ, ਬਾਂਸ ਨੂੰ ਪਹਿਲਾਂ ਵੱਡਾ ਹੁੰਦਾ, ਇਹਨੂੰ ਟੋਟੇ ਨਿੱਕੇ ਨਿੱਕੇ ਕਰਕੇ ਤੇ ਇੱਦਾਂ ਚਿੱਟੀ ਲਾਉਣੀ ਪਤਲੀ ਕਰਕੇ, ਫਿਰ ਉਦੋਂ ਬਾਅਦ 'ਚ ਆਹ ਤੀਲਾਂ ਵਾ, ਤੀਲਾਂ ਲਿਆ ਕੇ ਵੱਢੀਆਂ, ਇਹਨੂੰ ਇਕੱਲੀ ਇਕੱਲੀ ਤੀਲ ਜੋੜੀ ਅਸੀਂ, ਆਹ ਤੁਹਾਡੇ ਸਾਹਮਣੇ ਇਕੱਲੀ ਇਕੱਲੀ ਜੋੜ ਕੇ ਇਹਨੂੰ ਤੀਲ ਨੂੰ, ਆਹ ਵੇਖੋ ਹੁਣ ਬਣਦਾ ਪਿਆ, ਇਹ 7 ਵਾਰੀ ਹੱਥੇ 'ਚ ਆਉਂਦਾ ਫੇਰ ਛੱਜ ਘੁਮਾਉਂਦਾ ਹੈ, ਅਤੇ ਫਿਰ ਬੀਬੀਆਂ ਦੇ ਘਰਾਂ 'ਚ, ਜ਼ਿਮੀਂਦਾਰਾਂ ਦੇ ਘਰਾਂ 'ਚ ਬਾਜਾਂ ਦੇ ਕੇ ਵੇਚੀ ਦੇ, ਇਕੱਲੀ ਇਕੱਲੀ ਗਲੀ ਫਿਰਨੀ ਪੈਂਦੀ ਆ ਉਹਨੂੰ। ਸਾਡੀ ਮਿਹਨਤ ਦਾ ਮੁੱਲ ਨਹੀਂ ਹੈ, ਪਰ ਇਹ ਆ ਵੀ ਸਾਡਾ ਇਹ ਸੱਭਿਆਚਾਰ ਆ ਪੁਰਾਣਾ, ਅਸੀਂ ਇਹਨੂੰ ਛੱਡ ਨਹੀਂ ਸਕਦੇ ਹੈਗੇ, ਐਸ ਮਾਰੇ ਚੱਲ ਕਰੀ ਜਾਈਦਾ, ਮਹਿੰਗਾ ਵੀ ਇਹ ਕਹੀਦਾ ਚੱਲ ਕਿਤੇ ਜ਼ਿਆਦਾ ਵੱਟਣੋ ਅਤੇ ਥੋੜ੍ਹੇ ਕਰਕੇ ਤੇ ਆਪਣਾ ਕੰਮ ਅਸੀਂ ਕਰਦੇ, ਥੋੜ੍ਹਾ ਬਹੁਤਾ ਮਿਹਨਤ ਕਰਦੇ, ਇਹ ਨਾਲੇ ਮਾੜਾ ਮੋਟਾ ਬਾਹਰ ਦਾ ਕਰ ਲਈਦਾ, ਥੋੜ੍ਹਾ ਬਹੁਤਾ ਇਹ ਕਰ ਲਈਦਾ ਵਾ ਅਤੇ ਫਿਰ ਕਿਤੇ ਗੁਜ਼ਾਰਾ ਹੁੰਦਾ ਵਾ, ਨਹੀਂ ਤਾਂ ਮੁਸ਼ਕਿਲ ਸਾਡਾ ਗੁਜ਼ਾਰਾ ਹੁੰਦਾ ਵਾ ਵੀ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਮਹਿੰਗਾਈ ਕਿੰਨੀ, ਬੱਚੇ ਨਹੀਂ ਸਾਡੇ ਕੋਲ ਪੜ੍ਹਾਏ ਜਾਂਦੇ ਪਏ ਵੱਡੇ ਸਕੂਲਾਂ 'ਚ, ਘਰੇ ਬੈਠੇ ਬੱਚੇ ਕਹੀਦਾ ਚਲੋ ਤੁਸੀਂ ਵੀ ਕਮਾਓ 4 ਪੈਸੇ, ਅਤੇ ਅੱਜ ਕੱਲ੍ਹ ਜ਼ਿੰਦਗੀ ਫਿਰ ਹੀ ਘੱਟਦੀ ਆ ਵੀ ਇੰਨੀ ਮਹਿੰਗਾਈ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਮਿਹਨਤ ਕਿੰਨੀ ਆ, ਇਕੱਲੇ ਇਕੱਲੀ ਕਾਨੇ ਦੇ ਪੀਸ ਨੂੰ ਕੱਟਣਾ ਪੈਂਦਾ, ਕੱਟਣ ਤੋਂ ਬਾਅਦ ਬਹੁਤ ਮਿਹਨਤ ਨਾਲ ਜੋੜਨਾ ਪੈਂਦਾ। ਇਹਨਾਂ ਦਾ ਮੰਨਣਾ ਹੈ ਕਿ ਸਿਰਫ 100 ਰੁਪਇਆ ਬੜੀ ਮੁਸ਼ਕਿਲ ਦੇ ਨਾਲ ਜਿਹੜਾ ਉਹ ਕਮਾਇਆ ਜਾਂਦਾ ਦਿਹਾੜੀ ਦੇ ਵਿੱਚ, ਲੇਕਿਨ ਫਿਰ ਵੀ ਵਿਰਾਸਤੀ ਕੰਮ ਨੂੰ ਛੱਡ ਨਹੀਂ ਸਕਦੇ, ਕਿਉਂਕਿ ਜਾਗੋ ਦੇ ਵਿੱਚ, ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜਾ ਇਹ ਛੱਜ ਆ ਉਹ ਵਰਤੋਂ ਦੇ ਵਿੱਚ ਆਉਂਦਾ ਵਾ, ਅਤੇ ਹੁਣ ਭਾਵੇਂ ਮਸ਼ੀਨੀ ਯੁੱਗ ਆ ਗਿਆ ਪਰ ਫਿਰ ਵੀ ਵਿਰਾਸਤੀ ਕੰਮ ਜਿਹੜਾ ਇਹ ਸੰਭਾਲ ਕੇ ਰੱਖਿਆ। ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਘੁਮਾਣ, ਬਟਾਲਾ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब,
ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।